ਅਸੀਂ ਦਿਵਾਲੀ ਤੋਂ ਜਨਮ ਦੀ ਲੱਗ 4-5 ਮਹੀਨੇ ਪਹਿਲਾਂ ਸ਼ੁਰੂ ਕਰਦੇ ਹਾਂ 4 ਮਹੀਨੇ ਪਹਿਲਾਂ। ਫਿਰ ਵਿੱਚ ਬਰਸਾਤਾਂ ਆ ਜਾਂਦੀਆਂ, ਫਿਰ ਕੰਮ ਬੰਦ ਹੋ ਜਾਂਦਾ। ਇਹ ਤਾਂ ਮਿੱਟੀ ਦੇ ਭਾਂਡਿਆਂ ਨਾਲ ਹੀ ਹੁੰਦੀ ਆ ਜੋ ਵੀ ਰਸਮ ਹੈਗੀ ਆ, ਵੀ ਕੋਰਾ ਦੀਵਾ ਹੁੰਦਾ ਇਹ ਸ਼ੁੱਧ ਮੰਨਿਆ ਜਾਂਦਾ। ਜੇ ਘਰ 'ਚ ਦੀਵਾ ਜਗਾਵਾਂਗੇ ਤਾਂ ਘਰ 'ਚ ਦੀਵਾ ਵਾਧਾ ਹੁੰਦਾ, ਘਰ 'ਚ ਦੀਵਾ ਬੱਤੀ ਜਾਂਦੇ ਹਾਂ, ਇਹ ਬੇਟਿਆਂ ਤੀਕਰ ਦਾਦੇ ਪੋਤਿਆਂ ਤੀਕਰ ਜਾਂਦੀ ਆ। ਮਿਹਨਤ ਤਾਂ ਬਹੁਤ ਕਰਨੀ ਪੈਂਦੀ ਆ, ਪਹਿਲਾਂ ਸੁੱਕੀ ਮਿੱਟੀ ਨੂੰ ਸੁਕਾਓ, ਫਿਰ ਉਹਨੂੰ ਕੁੱਟੋ, ਕੁੱਟ ਕੇ ਭਿਓ, ਭਿਓ ਕੇ ਛਾਣਦੇ ਹਾਂ, ਛਾਣ ਕੇ ਉਸ ਤੋਂ ਬਾਅਦ ਫਿਰ ਉਹਨੂੰ ਜਮ੍ਹਾਂ ਕਾਲੜੀ ਕਰਦੇ ਹਾਂ, ਫਿਰ ਆਟੇ ਵਾਂਗੂ ਗੁੰਨਦੇ ਹਾਂ, ਉਹਨੂੰ ਗੁੰਨ ਕੇ ਪੇੜੇ ਬਣਾ ਕੇ ਫਿਰ ਅਸੀਂ ਉਹਨਾਂ ਨੂੰ ਭਾਂਡੇ ਬਣਾਉਂਦੇ ਹਾਂ। ਅਸੀਂ ਬਹੁਤ ਸਾਲਾਂ ਤੋਂ, ਪਹਿਲਾਂ ਸਾਡੇ ਦਾਦਾ ਜੀ ਬਣਾਉਂਦੇ ਸੀ, ਫਿਰ ਸਾਡੇ ਬਾਪੂ ਜੀ ਬਣਾਉਂਦੇ ਸੀ। ਕੀ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਕ੍ਰਿਸ਼ਨਾ ਦੇਵੀ। ਇਹ ਸਾਡੀ ਚੌਥੀ 5ਵੀਂ ਪੀੜ੍ਹੀ 6ਵੀਂ ਪੀੜ੍ਹੀ ਹੈਗੀ ਆ। ਹਾਂਜੀ। ਤੇ ਕੀ ਕਿਵੇਂ ਗੁਜ਼ਾਰਾ ਹੋ ਜਾਂਦਾ ਇਸ ਕੰਮ ਨੂੰ ਲੈ ਕੇ, ਜਿਵੇਂ ਦੀਵਾਲੀ ਦੇ ਕੋਲ ਤਾਂ ਚਲੋ ਸੀਜ਼ਨ ਲੱਗ ਜਾਂਦਾ। ਹਾਂ, ਦੀਵਾਲੀ ਦੇ ਸੀਜ਼ਨ ਲੱਗ ਜਾਂਦਾ, ਫਿਰ ਤਾਂ ਟਾਈਮ ਪਾਸ ਹੀ ਮਸਾਉਂਦਾ, ਵੀ ਟਾਈਮ ਪਾਸ ਹੀ ਆ, ਬਸ ਰੋਟੀ ਚੱਲੀ ਜਾਂਦੀ ਆ, ਕੰਮ ਕਰੀ ਜਾਂਦੇ ਆ ਸਾਡਾ। ਤੇ ਮਿਹਨਤ ਦੀ ਗੱਲ ਕਰੀਏ, ਮਿਹਨਤ ਕਿੰਨੀ ਕੁ? ਮਿਹਨਤ ਤਾਂ ਬਹੁਤ ਕਰਨੀ ਪੈਂਦੀ ਆ, ਪਹਿਲਾਂ ਸੁੱਕੀ ਮਿੱਟੀ ਨੂੰ ਸੁਕਾਓ, ਫਿਰ ਉਹਨੂੰ ਕੁੱਟੋ, ਕੁੱਟ ਕੇ ਭਿਓ, ਭਿਓ ਕੇ ਛਾਣਦੇ ਹਾਂ, ਛਾਣ ਕੇ ਉਸ ਤੋਂ ਬਾਅਦ ਫਿਰ ਉਹਨੂੰ ਜਮ੍ਹਾਂ ਕਾਲੜੀ ਕਰਦੇ ਹਾਂ, ਫਿਰ ਆਟੇ ਵਾਂਗੂ ਗੁੰਨਦੇ ਹਾਂ, ਉਹਨੂੰ ਗੁੰਨ ਕੇ ਪੇੜੇ ਬਣਾ ਕੇ ਫਿਰ ਅਸੀਂ ਉਹਨਾਂ ਨੂੰ ਭਾਂਡੇ ਬਣਾਉਂਦੇ ਹਾਂ ਇਹਨਾਂ ਦੇ। ਜਿੰਨੀ ਮਿਹਨਤ ਕਰਦੇ ਹੋ ਉਨੀ ਸਾਨੂੰ ਮਿਹਨਤ ਨਹੀਂ ਮਿਲ ਰਹੀ। ਹਾਂ, ਨਹੀਂ ਮਿਲਦੀ। ਕਿੰਨੇ ਕੁ ਪੈਸੇ ਬਚ ਜਾਂਦੇ ਆ, ਗੁਜ਼ਾਰਾ? ਨਹੀਂ ਨਹੀਂ ਬਚਦੇ ਕਿੱਥੇ ਹੈਗੇ, ਟਾਈਮ ਪਾਸ ਹੀ ਮਜ਼ਾ ਆਉਂਦਾ। ਨਹੀਂ ਨਹੀਂ, ਇੰਨਾ ਖਾਸ ਫਰਕ ਨਹੀਂ ਹੈਗਾ। ਹਾਂ ਹਾਂ, ਇੰਨਾ ਨਹੀਂ ਹੈਗਾ। ਨਹੀਂ ਨਹੀਂ ਨਹੀਂ, ਜਿਵੇਂ ਲੋਕੀ ਕਹਿ ਦਿੰਦੇ ਆ ਕਿ ਅੱਜ ਕੱਲ ਤੁਸੀਂ ਵੀ ਦੇਖੀ ਹੋਣੀ, ਕੋਈ ਵੀਡੀਓ ਚੱਲਦੀ ਆ ਲਾਈਟਾਂ ਵਾਲੇ ਦੀਵੇ ਚੱਲ ਕੇ, ਪਾਣੀ ਪਾਓ ਤੇ 7 ਦਿਨ ਦੀਵੇ ਚੱਲਦੇ ਰਹਿੰਦੇ ਆ, ਕੋਈ ਫਰਕ ਪਿਆ ਇਸ ਗੱਲ ਨੂੰ ਲੈ ਕੇ? ਨਹੀਂ ਨਹੀਂ, ਸਾਨੂੰ ਤਾਂ ਕੋਈ ਨਹੀਂ ਇਦਾਂ ਲੱਗਦਾ ਕੋਈ ਹੈਗਾ ਏ, ਕਿਉਂਕਿ ਜਿਹੜੀ ਰਸਮ ਹੈ ਉਹ ਤਾਂ ਇਹੀ ਦੀਵਿਆਂ ਨਾਲ ਹੋਣੀ ਆ। ਇਹ ਤਾਂ ਮਿੱਟੀ ਦੇ ਭਾਂਡਿਆਂ ਨਾਲ ਹੀ ਹੁੰਦੀ ਆ ਜੋ ਵੀ ਰਸਮ ਹੈਗੀ ਆ, ਵੀ ਕੋਰਾ ਦੀਵਾ ਹੁੰਦਾ ਇਹ ਸ਼ੁੱਧ ਮੰਨਿਆ ਜਾਂਦਾ। ਜੇ ਘਰ 'ਚ ਦੀਵਾ ਜਗਾਵਾਂਗੇ ਤਾਂ ਘਰ 'ਚ ਦੀਵਾ ਵਾਧਾ ਹੁੰਦਾ, ਘਰ 'ਚ ਦੀਵਾ ਬੱਤੀ ਜਾਂਦੇ ਹਾਂ, ਇਹ ਬੇਟਿਆਂ ਤੀਕਰ ਦਾਦੇ ਪੋਤਿਆਂ ਤੀਕਰ ਜਾਂਦੀ ਆ। ਸਭ ਤੋਂ ਕਿੰਨੇ ਕੁ ਦੀਵੇ ਬਣਾ ਲੈਂਦੇ ਦੇ ਵੀ ਇੱਕ ਦਿਨ 'ਚ ਦੀਵੇ ਤੁਹਾਡੇ ਤਕਰੀਬਨ ਦੀਵਾਲੀ ਤੱਕ ਕਿੰਨੇ ਕੁ ਦੀਵੇ? ਵੀ ਉਹ ਤਾਂ ਹੁਣ ਅਕਸਰ ਉਹ ਤਾਂ ਗਾਹਕਾਂ ਦੇ ਸਿਰ 'ਤੇ ਹੁੰਦਾ, ਵੀ ਜਿਵੇਂ ਗਾਹਕ ਕੋਈ ਵੱਧ ਵੀ ਆ ਜਾਂਦੇ ਆ, ਕੋਈ ਘੱਟ ਵੀ ਆ ਜਾਂਦੇ ਆ, ਸੀਜ਼ਨ ਦਾ ਹੁੰਦਾ। ਵੀ ਕਈ ਵਾਰੀ ਤਾਂ ਗਾਹਕ ਐਂ ਹੁੰਦਾ ਵੀ ਥੋੜ੍ਹੇ ਵੀ ਬਣਾਉਂਦੇ ਆ, ਆਸੇ ਪਾਸੇ ਗਾਹਕ ਚਲੇ ਜਾਂਦੇ ਆ, ਕਈ ਵਾਰੀ ਗਾਹਕ ਹੁੰਦਾ ਵੀ ਚੱਲ ਜ਼ਿਆਦਾ ਵੀ ਬਣ ਜਾਂਦੇ ਆ। ਦੀਵਾਲੀ ਤੋਂ ਕਿੰਨੇ ਕੁ ਦਿਨ ਪਹਿਲੇ ਬਣਾਉਣਾ ਸ਼ੁਰੂ ਕਰ ਦਿੰਦੇ? ਅਸੀਂ ਦੀਵਾਲੀ ਤੋਂ ਜਨਮ ਦੀ ਲੱਗ 4-5 ਮਹੀਨੇ ਪਹਿਲਾਂ ਸ਼ੁਰੂ ਕਰਦੇ ਹਾਂ, 4 ਮਹੀਨੇ ਪਹਿਲਾਂ। ਹਾਂ, ਫਿਰ ਵਿੱਚ ਬਰਸਾਤਾਂ ਆ ਜਾਂਦੀਆਂ, ਫਿਰ ਕੰਮ ਬੰਦ ਹੋ ਜਾਂਦਾ, ਬਰਸਾਤਾਂ 'ਚ ਕੰਮ ਬੰਦ ਹੋ ਜਾਂਦਾ। ਹਾਂ।